ਪਿਛਲੀ ਵਾਰ ਅਸੀਂ ਇਹਦਾ 66 ਦਿਨਾਂ ਤੇ ਚਾਰ ਗਲਤੀ ਕੀਤੀ ਹੈ, ਮੈਥੋਂ ਵੀ ਹੋਈ ਹੈ। ਸੁੰਡੀ ਵਾਲੀ ਸਪਰੇ ਕੀਤੀ ਹੋਣੀ ਹਲੇ ਤਾਂ ਉਹਨੂੰ ਨਹੀਂ, ਕਣਕ ਵਾਲੇ ਵਾਹਣ ਚ ਜੀ ਇਹਨੂੰ ਸੁੰਡੀ ਪੈਂਦੀ ਹੀ ਨਹੀਂ ਜੀ, ਇੱਕੀ ਵਾਰੀ ਲਾਵੇ ਦੁਬਾਰੇ ਇਹਨੂੰ ਲਾਵੇ ਨਾ, ਉਹ ਖਰਾਬ ਵੀ ਜ਼ਿਆਦਾ ਹੋਊਗਾ ਤੇ ਉਹਦੇ ਵਿੱਚ ਮੋਇਸਚਰ ਵੀ ਜ਼ਿਆਦਾ ਰਹੂਗਾ। ਹਾਂਜੀ ਵੀਰੋ, ਜਿਵੇਂ ਕਿ ਆਪਾਂ ਵੀਡੀਓ ਪਾਉਂਦੇ ਹੁੰਦੇ ਸੀ ਮੱਕੀ ਦੇ ਬੀਜਾਂ ਤੇ ਵੀ ਕਿਹੜਾ ਬੀਜ ਬੀਜਣਾ ਚਾਹੀਦਾ, ਤੇ ਹੁਣ ਆਪਾਂ ਰਿਜ਼ਲਟ ਸ਼ੋ ਕਰ ਰਹੇ ਹਾਂ ਵੀ ਕਿਹੜੇ ਬੀਜ ਦਾ ਰਿਜ਼ਲਟ ਕਿਵੇਂ ਆ। 2 ਦਿਨ ਪਹਿਲਾਂ ਆਪਾਂ 18-44 ਦਾ ਦਿਖਾਇਆ ਤੇ 77-50 ਦਾ ਲੈ ਕੇ ਆ ਰਹੇ ਹਾਂ। ਅੱਜ 22 ਨੇ ਲਾਈ ਹੋਈ ਆ ਬਾਹਰ ਦੀ 91-08। ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਬਾਈ ਜੀ, ਧੰਨਵਾਦ ਤੁਹਾਡਾ ਇੱਥੇ ਪਹੁੰਚਣ ਤੇ ਜੀ। ਤੇ ਆਪਣੀ ਇਹ ਮੱਕੀ ਆ ਜਿਹੜੀ ਕਿੰਨੇ ਟਾਈਮ ਦੀ ਹੋ ਗਈ ਇਹ? ਇਹ ਅੱਜ 59 ਦਿਨ ਦੀ ਹੋ ਗਈ ਜੀ ਪੂਰੇ। ਸਹੀ। ਹਾਂਜੀ, ਕਿੰਨੀ ਤਰੀਕ ਨੂੰ ਬੀਜੀ ਸੀ ਇਹ? 15 ਤਰੀਕ ਨੂੰ ਪਾਣੀ ਲੱਗਾ ਹੈ। 15 ਅਪ੍ਰੈਲ? ਹਾਂਜੀ, 15 ਅਪ੍ਰੈਲ ਨੂੰ ਮਈ ਹੋ ਗਈ ਸਾਰੀ ਤਾਂ। ਹਾਂਜੀ, ਤੇ 45, ਹਾਂ 4 ਜੂਨ ਹੈ। ਹਾਂਜੀ, 4 ਜੂਨ ਨੂੰ ਵੀਡੀਓ ਰਿਕਾਰਡ ਹੋ ਗਿਆ। 59 ਦਿਨ ਦੀ ਮੱਕੀ ਆ ਤੇ ਕੱਦ ਹੱਥ ਲਾ ਕੇ ਦੇਖ, ਕੱਦ ਬਾਈ ਤੁਹਾਡੇ ਸਾਹਮਣੇ ਹੋਊ ਮੈਨੂੰ ਲੱਗਦਾ 7 ਫੁੱਟ ਦੇ ਕਰੀਬ। ਨਹੀਂ, 7 ਹੋਊਗਾ। ਹਾਂਜੀ, 7 ਤੋਂ 6 ਫੁੱਟ ਦਾ ਮੈਂ ਫੁੱਟ ਉੱਤੇ ਹੈਗੇ। ਹਾਂ, ਫੁੱਟ ਪਲੱਸ ਹੋਊਗੀ, 7 ਦੇ ਕਰੀਬ ਜੇ ਕੱਦ ਤੁਸੀਂ ਦੇਖ ਸਕਦੇ ਹੋ। ਤੇ ਬਾਕੀ ਟਾਂਡੇ ਥਿਕਨੈਸ ਵਗੈਰਾ ਸਾਰਾ ਕੁਝ ਓਕੇ ਹੈ? ਹਾਂਜੀ। ਤੇ ਕਿੰਨੇ ਕਿੰਨਾ ਯੂਰੀਆ ਵਗੈਰਾ ਪਤਾ ਬਈ? ਇਹ ਚ 4 ਥੈਲੇ। 4 ਥੈਲੇ ਕੁੱਲੀ ਹੁਣ? ਹਾਂਜੀ, ਹੁਣ ਤੱਕ। ਹਾਂਜੀ, ਤੇ ਇਹਦਾ ਮਤਲਬ DAP ਤਾਂ ਤੁਸੀਂ ਉਹੀ ਵਿੱਚ ਤਾਂ ਪਾਉਣੀ ਆਪਾਂ? ਗੱਟਾ 1.5 ਗੱਟਾ ਪਾਇਆ DAP ਬੀਜਣ ਵੇਲੇ। ਬੀਜਣ ਵੱਧ ਪਾਇਆ? ਵੱਧ ਪਾਇਆ। ਕਾਰਨ? ਕਾਰਨ ਜੀ ਉਹ ਆਪਾਂ ਨੂੰ ਲਗਾਤਾਰ 5 ਸਾਲ ਹੋ ਗਏ ਇਹ ਬੀਜਦੇ ਨੂੰ। ਉੱਥੇ ਕੀ ਆਪਾਂ ਨੂੰ ਕੁਛ ਨਾ ਕੁਛ ਸਿੱਖਣ ਨੂੰ ਮਿਲਦਾ ਜਦੋਂ ਆਪਾਂ ਆਏ ਸਾਲ ਬੀਜਦੇ ਹਾਂ। ਉਹ ਕੀ ਜਦੋਂ ਆਪਾਂ ਮੋੜੇ ਲਾਉਣੇ ਨਾ ਇਹਦੇ ਆਪਾਂ ਟੇਢੇ ਖੁੱਡ, ਉੱਥੇ ਬੀਜਣ ਵੇਲੇ ਆਪਾਂ ਤੋਂ ਡਬਲ ਰੇਹ ਪੈ ਜਾਂਦਾ। ਹਾਂ, ਇਸ ਤਰ੍ਹਾਂ ਪੈ ਜਾਂਦਾ, ਫਿਰ ਬੀਜਣ ਵੇਲੇ ਡਬਲ ਪੈ ਜਾਂਦਾ। ਉੱਥੋਂ ਕੁਛ ਸਿੱਖੇ ਆਪਾਂ ਵੀ ਯਾਰ ਜਿੱਥੇ ਇੱਥੇ ਮੱਕੀ ਕਿਉਂ ਵੱਧਦੀ ਹੈ ਉੱਥੇ DAP ਡਬਲ ਪੈ ਗਿਆ। ਡਬਲ ਪੈ ਗਿਆ, ਉਹ ਟਾਂਡੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਰਲਣ ਨਹੀਂ ਦਿੰਦੇ, ਉੱਪਰ ਹੀ ਰਹਿਣਗੇ, ਉੱਪਰ ਹੀ ਰਹਿੰਦੇ ਨੇ। ਤਾਂ ਕਰਕੇ ਜੀ ਅਸੀਂ DAP ਵੱਧ ਪਾਇਆ ਵੀ ਸਾਰੀ ਉੱਪਰ ਰਹਿਣ। ਹਾਂਜੀ ਜੀ, ਬਿਲਕੁਲ ਪ੍ਰੈਕਟੀਕਲ ਨਤੀਜਾ ਕੱਢ ਕੇ। ਹਾਂਜੀ ਹਾਂਜੀ, ਆਪ ਜੀ ਕਿਸੇ ਨੇ ਕਹਿਣ ਤੇ ਨਹੀਂ, ਅਸੀਂ ਆਪ ਦੇ। ਤੇ ਜਿਹੜੇ DAP ਯੂਰੀਆ ਦੀਆਂ ਸਪਰੇਹਾਂ ਹੁਣ ਤੱਕ ਕਿੰਨੀਆਂ ਕੁ ਹੋ ਗਈਆਂ? ਉਹ 2 ਕਰਤੀਆਂ ਜੀ DAP, 2 ਕਿੱਲੇ ਦਾ। ਤੇ ਬਾਕੀ ਨੈਨੋ ਯੂਰੀਆ। ਨੈਨੋ ਯੂਰੀਆ? ਹਾਂਜੀ। ਉਹ ਕਿੰਨਾ ਪਾ? ਉਹ ਜਿਹੜੀ ਆਪਣੀ CC ਹੁੰਦੀ ਹੈ 50 ਮਿਲ ਦੀ। ਇੱਕ ਵਾਰੀ ਉਹ ਕੀਤਾ? ਨਹੀਂ, 2 ਵਾਰ ਜੀ। 2 ਵਾਰੀ? ਹਾਂਜੀ। ਤੇ ਇਹ ਹੁਣ ਕਿਹੜੇ ਵੱਢ ਚ ਤੀ? ਇਹ ਆਲੂ ਵਾਲੇ ਚ ਤੀ ਆ? ਨਹੀਂ, ਕਣਕ ਵਾਲੇ ਵਾਹਣ ਚ ਜੀ ਇਹ ਆਪਣੇ ਕੋਲੇ। ਉਹ ਸਰੋਂ ਦੀ ਉਧਰ ਆਪਣੇ ਸਾਹਮਣੇ ਲੱਗੀ ਹੋਈ ਹੈ। ਕਣਕ ਵਾਲੇ ਵਾਹਣ ਚ 59 ਦਿਨ ਦੀ ਮੱਕੀ ਸਿੱਟਾ ਗੱਡੀ ਖੜੀ ਆ। ਸਿੱਟਾ ਗੱਡੀ ਖੜੀ ਆ, ਕਮਾਲ ਹੈ। ਕਿੰਨੇ ਟਾਈਮ ਦੀ ਵਰਾਇਟੀ ਆ ਇਹ? ਇਹ ਜੀ ਪਿਛਲੀ ਵਾਰ ਅਸੀਂ ਇਹਦਾ 66 ਦਿਨਾਂ ਤੇ ਚਾਰ ਪਾਤੀ। ਇਸ ਵਾਰ ਇੰਨੇ ਕੀ? ਇਸ ਵਾਰ ਹੋ ਸਕਦਾ ਵੀ ਉੱਥੇ ਪੈ ਜਾਣੀ, 1-2 ਦਿਨ ਵੱਧ ਉਧਰ ਉਧਰ ਹੋ ਜਾਂਦੇ। ਪਰ ਛੱਲੀ ਨਹੀਂ ਹਲੇ ਤੱਕ ਲੱਗੀ ਇਹਨੂੰ? ਨਹੀਂ, ਛੱਲੀ ਲੱਗ ਗਈ, ਗੰਢਾਂ ਫੁੰਨਣ ਲੱਗ ਗਿਆ ਜੀ, ਦੇਖ ਸਕਦੇ ਹੋ। ਹਾਂ, ਥੋੜੀ ਥੋੜੀ। ਹਾਂਜੀ, ਤੇ ਇਹਦਾ ਪਿਛਲੀ ਕਿੰਨੇ ਚਿਰ ਹੋ ਗਿਆ ਬੀਜ ਬੀਜਦੇ ਨੂੰ ਆਪਾਂ ਨੂੰ? ਇਹ ਜੀ ਇਹ ਗੱਲ ਆ ਗਈ ਜਿਹੜੀ ਆਪਾਂ ਹੋਰ ਵੀਰਾਂ ਨੂੰ ਵੀ ਸਲਾਹ ਦਿੰਦੇ ਆ ਇਹ ਵੀ ਜਿਹੜੀ 91-08 ਆ ਵਹਿਰ ਦੀ ਨਾ, ਇਹ 1 ਸਾਲ ਹੀ ਵਧੀਆ ਹੁੰਦੀ ਆ। ਕਿਸੇ ਇੰਨਾ ਤਾਕਤ ਲੈਂਦੀ ਆ ਜ਼ਮੀਨ ਦੀ ਇਹ ਬੀ ਆ ਜਿਹੜਾ। ਅੱਛਾ, ਵੀ ਅਗਲੀ ਵਾਰ ਉਹ ਦੁਬਾਰਾ ਉਹ ਜਿਹਾ ਹੁੰਦਾ ਨਹੀਂ, ਉਹ ਗੱਲ ਨਹੀਂ ਬਣਦੀ ਨਹੀਂ ਮੁੜ ਕੇ ਨਾ। ਇਹ ਬਾਣ ਚ ਪਹਿਲੀ ਵਾਰ ਲਾਇਆ ਇਹ? ਨਾ ਜੀ, ਪਿਛਲੀ ਵਾਰ ਇਹ ਨਹੀਂ ਹੈਗਾ ਸੀ ਵੀ, ਹੋਰ ਸੀ ਆ ਜਿਹੜਾ 91-08 ਹੈ। ਜੇ ਆਪਾਂ ਆਈ ਵੀ ਰਿਪੀਟ ਕਰੀ ਜਾਈਏ, ਆਈ ਵਾਰੀ 91-08 ਹੀ ਲਾਈ, ਉਹ ਹੁੰਦਾ ਨਹੀਂ, ਇੱਕ ਵਾਰੀ ਹੁੰਦਾ। ਦੂਜੀ ਵਾਰ ਉਹ ਹੋ ਤਾਂ ਜਾਊਗਾ ਪਰ ਉਹ ਚਾਰ ਨਹੀਂ ਦੇਣਾ, ਨਾ ਚਾਰ ਨਹੀਂ ਦਿੰਦਾ। ਇਹ ਸਾਰੇ ਬੀਆਂ ਨਾਲੋਂ ਵੱਧ ਹੋ ਲੈਂਦਾ ਜੀ, ਵੱਧ ਤਾਕਤ ਲੈਂਦਾ ਜ਼ਮੀਨ ਦੇ ਤੱਤ। ਇਹੀ ਕੀ ਖਾਸੀਅਤਾਂ ਨੇ ਇਹਦੀਆਂ ਫਿਰ? ਖਾਸੀਅਤ ਇੱਕ ਤਾਂ ਇਹਦੀ ਟਾਈਮ ਦੀ ਬਚਤ ਹੈ ਜੀ ਬੀ ਦੀ ਜੀ। ਇੱਕ ਇਹਦੀ ਸਪਰੇਅ ਤੇ ਘੱਟ ਹੁੰਦੀਆਂ ਨੇ, ਇਹਨੂੰ ਸੁੰਡੀ ਨਹੀਂ ਲੱਗਦੀ। ਇਹ ਇਹਦੇ ਆਪਣੇ ਇਹ ਮੱਕੀ ਤੇ ਸਿਰਫ ਤੇ ਸਿਰਫ 15 ਦਿਨਾਂ ਦੀ ਮੱਕੀ ਦੀ ਜਦੋਂ ਆਪਾਂ ਨੇ 505 ਦਵਾ ਸਪਰੇ ਕਰੀ ਉਹਦੀ, ਉਹ ਜਿਹੜੀ ਮਾਮੂਲੀ ਜੀ ਆਉਂਦੀ ਆ। ਹਾਂਜੀ, ਆਮ ਸਪਰੇ ਦੀ ਉਦੋਂ ਕਰੀ ਦੀ। ਹੁਣ ਜੇ ਨਾ ਇਹ ਤੇ ਦੁਬਾਰੇ ਕਰੀ ਆ, ਨਾ ਆਪਾਂ ਕਰੀ ਨਹੀਂ ਉਹ ਗੋ ਵਾਲੀ ਡੈਲੀਗੇਟ ਵਗੈਰਾ ਕੋਈ ਨਹੀਂ, ਉਹਦੇ ਕੁਝ ਨਹੀਂ, ਕੋਈ ਵੀ ਨਹੀਂ ਕੀਤੀ। ਨਹੀਂ, ਸੁੰਡੀ ਵਾਲੀ ਸਪਰੇ ਕੀਤੀ ਹੋਣੀ ਹਲੇ ਤਾਂ? ਉਦੋਂ ਕੀਤੀ ਸੀ ਪਹਿਲੀ ਜੀ। ਅੱਛਾ, ਉਦੋਂ ਬਾਅਦ ਨਹੀਂ ਕੀਤੀ? ਉਹ ਪੱਤੇ ਪੱਤੇ ਵਾਲੀ ਕੀਤੀ ਸੀ। ਹਾਂਜੀ। ਅੱਛਾ, ਤਾਂ ਵੀ ਮਤਲਬ ਇੰਨਾ ਜ਼ਿਆਦਾ? ਹਾਂਜੀ, ਇਹਨੂੰ ਸੁੰਡੀ ਪੈਂਦੀ ਹੀ ਨਹੀਂ ਜੀ, ਉਦੋਂ ਆ ਜਾਂਦੀ ਹੈ ਦਿੱਕਤ ਆਪਾਂ ਨੂੰ ਜਦੋਂ 15 ਦਿਨਾਂ ਦੀ ਹੁੰਦੀ ਹੈ, ਉਦੋਂ ਬਾਅਦ ਨਹੀਂ ਪੈਂਦੀ ਸੁੰਡੀ। ਛੱਲੀ ਕਿੰਨੀ ਲੱਗ ਜਾਂਦੀ ਹੈ ਤੇ ਕਿੰਨੀਆਂ ਲੱਗ ਜਾਂਦੀਆਂ? ਛੱਲੀ ਤਾਂ ਜੀ ਇਹਦੇ ਜਿੰਨਾ ਦਾਣਾ ਤਾਂ ਕਿਸੇ ਬੀਜ ਹੈ ਹੀ ਨਹੀਂ। 1 ਲੱਖ ਦੀ ਹੈ ਟਾਂਡੇ ਤੇ? ਇੱਕ ਵੀ ਜਿਹਦੇ ਜ਼ਿਆਦਾ ਕਿਤੇ ਉਹ ਗਰੋਥ ਕਾਰਜ ਉੱਥੇ ਨਹੀਂ, 2 ਨਹੀਂ, ਇਹ ਤਕਰੀਬਨ 21 ਇੱਕ ਤਾਂ ਲੱਗਦੀ ਹੋਆ, ਇੱਕ ਤਾਂ ਲੱਗਦੇ, ਕਿਤੇ ਕਿਤੇ 2 ਵੀ ਲੱਗ ਜਾਂਦੇ, 2 ਵੀ ਲੱਗ ਜਾਂਦੇ ਨੇ। ਹਾਂਜੀ, ਦਾਣਾ ਪੂਰਾ ਵਧੀਆ ਹੁੰਦਾ, ਦਾਣਾ ਵਧੀਆ ਹੁੰਦਾ ਜੀ। ਪਰ ਇਹਦੀ ਇਹੀ
ਇਹਦੀ ਦਿੱਕਤ ਹੈ ਵੀਰ ਜੀ, ਇਹ ਇੱਕ ਵਾਰੀ ਹੁੰਦਾ, ਦੂਜੀ ਵਾਰ ਇਹ ਹੁੰਦਾ ਨਹੀਂ। ਹੁੰਦਾ ਨਹੀਂ ਜੀ, ਹੋ ਤਾਂ ਜਾਂਦਾ ਪਰ ਉਹ ਕਰਨਾ ਬਹੁਤ ਔਖਾ ਹੈ। ਮਤਲਬ ਫਿਰ ਦੂਜੀ ਵਾਰੀ ਬੀਜ ਬਦਲ ਕੇ ਲਾਉਣਾ ਚਾਹੀਦਾ, ਬੀਜ ਬਦਲ ਕੇ। ਆਪਾਂ ਕਿਸਾਨ ਭਰਾਵਾਂ ਨੂੰ ਇਹ ਕਹਿਣਾ ਵੀ ਹਰ ਥਾਵੇਂ ਜਿੱਥੇ ਕੋਈ ਬੀਜਦਾ ਉਹਨੂੰ ਜ਼ਮੀਨ ਬਦਲ ਕੇ ਬੀਜੋ ਇੱਕ ਵਾਰ। ਅਸਲ ਤਾਂ ਜਿਵੇਂ 2 ਕਿੱਲਿਆਂ ਦੇ ਪੱਟੇ ਚਲਾ ਲਈ, ਹਾਂਜੀ ਬਿਲਕੁਲ ਬਿਲਕੁਲ, ਉਹ ਹੋਰ 2 ਦੇ ਚਲਾਵੇ, ਬਿਲਕੁਲ ਜੀ, ਉੱਥੇ ਨਾ ਲਾਵੇ। ਹਾਂਜੀ ਜੀ, ਤੇ ਹੁਣ ਇਹਦੀ ਇੰਨੀ ਸੋਹਣੀ ਗਰੋਥ ਦੇ, ਹੋਰ ਇਹਦੇ ਵਿੱਚ ਕੀ ਕੁਛ ਪਾਇਆ? ਨਹੀਂ ਹੋਰ ਕੁਛ ਨਹੀਂ ਪਾਇਆ ਜੀ ਆਪਣੇ, ਕੋਈ ਗਰੋਥ ਵਾਲੀ ਸਪਰੇ? ਨਹੀਂ ਬਿਲਕੁਲ ਨਹੀਂ। ਇਹ ਆਪਣੇ ਤੁਹਾਨੂੰ ਦੱਸਿਆ ਪਹਿਲੀ ਸਪਰੇ ਉਹ ਕਰੀ ਆ, 4 ਥੱਲੇ ਯੂਰੀਏ ਤੇ ਪਏ ਨੇਗੇ, ਤੇ ਹੋਰ ਕੁਛ ਨਹੀਂ ਕਰਿਆ ਨਾ। ਇਹ ਤੇ ਆਪਣੇ ਦੁਬਾਰੇ ਸੁੰਡੀ ਦੀ ਦਵਾਈ ਕਰੀ ਹੈ, ਨਾ ਹੀ ਪਈ ਹੈ, ਲੋੜ ਹੀ ਨਹੀਂ ਪਈ। ਨਹੀਂ ਜੀ, ਜਿਹੜੀ ਆਪਣੇ ਕੋਲ ਹੋਰ ਵੀ ਹੈਗੇ ਨੇ 7-8 ਕਿੱਲੇ 18-44 ਦੇ, ਠੀਕ ਹੈ, ਉਹਨੂੰ ਪਏਗੀ, ਉਹਨੂੰ ਆਪਾਂ ਨੇ ਡੇਲੀ ਗੇਟ ਦਵਾਈ ਕਰੀ ਹੈ, ਉਹਨੂੰ ਕਰੀ ਡੇਲੀ, ਉਹਨੂੰ ਕਰੀ ਹੈ ਜੀ, ਇਹਨੂੰ ਨਹੀਂ ਕੀਤੀ, ਇਹਨੂੰ ਕਰਨ ਦੀ ਲੋੜ ਹੀ ਨਹੀਂ, ਲੋੜ ਹੀ ਨਹੀਂ ਪਈ, ਇਹਨੂੰ ਪਈ ਨਹੀਂ, ਨਾ ਹੀ ਇਹਨੂੰ ਪਵੇ। ਠੀਕ ਹੈ, ਤੇ ਵੇਟ ਕਿੰਨਾ ਕੁ ਦੇ ਜਾਂਦਾ ਹੈ? ਵੇਟ ਤਾਂ ਜੀ ਇਹ ਪਿਛਲੀ ਵਾਰ ਆਪਾਂ ਨੇ ਇਹ 20 ਲਾਇਆ ਨਹੀਂ ਸੀਗਾ ਜੀ, ਆਪਣੇ ਕੋਲ 18-44 ਤੇ 33-96 ਪੈਂਡਰ ਕੰਪਨੀ ਦੇ ਵੀ ਲਾਏ ਸੀਗੇ, ਉਹਨਾਂ ਦਾ ਆਪਾਂ ਨੂੰ ਰਿਜ਼ਲਟ ਬਹੁਤ ਹੀ ਵਧੀਆ ਮਿਲਿਆ। ਠੀਕ ਹੈ, ਉਹ ਕੀ ਜੀ ਪਹਿਲੀ ਗੇਰ ਤਾਂ ਉਹ ਜਿਹੜੀ ਮਸ਼ੀਨ ਹੁੰਦੀ ਆ ਨਾ ਜੀ, ਉਹ ਤੇ ਬਹੁਤ ਨਿਰਭਰ ਆ, ਕਿਵੇਂ ਬਿਜਾਈ ਵਾਲੀ? ਬਿਜਾਈ ਵਾਲੀ, ਪਲਾਂਟਰ? ਪਲਾਂਟਰ ਜੀ, ਉਹ ਕਈ ਮੇਰੇ ਵੀਰ 18 ਇੰਚ ਤੋਂ ਲੈ ਕੇ 24 ਇੰਚ ਤੱਕ ਉਹਦਾ ਸਿਆੜ ਰੱਖਦੇ। ਹਾਂਜੀ, ਜਿਹੜੀ ਕੋਈ 18 ਇੰਚ ਤੇ ਹੈ ਉਹ ਤੁਹਾਨੂੰ ਪਤਾ ਹੀ ਹੈ, ਉਹ ਵਜਨ ਵੱਧ ਦਿਓਗੀ ਦਿਓਗੀ, ਉਹ ਫਿਰ ਸੰਘਣੀ ਹੋ ਜਾਂਦੀ ਨਾ? ਸੰਘਣੀ ਹੋ ਜਾਂਦੀ ਹੈ ਜੀ, ਉਹਦੇ ਵਿੱਚ ਵਜਨ ਨੇ ਵਧਣੀ ਵਧਣਾ, ਉਹ ਚ ਕਿੱਲੇ ਚ ਮਤਲਬ ਸਵਾ ਕਿੱਲਾ। ਉਹ ਤਾਂ ਐਂ ਮੰਨੋ ਜੀ, ਪਿਛਲੀ ਵਾਰ ਤਾਂ ਸਾਨੂੰ ਇੰਨਾ ਕੁ ਹੋਇਆ, ਇੱਕ ਤਾਂ ਪਹਿਲੇ ਸਾਲ ਮੱਕੀ ਲੱਗੀ ਤੀ ਜੀ, ਇੱਕ ਆਪਾਂ ਨੂੰ ਵਜਨ ਉਹ ਤਕਰੀਬਨ 225 ਤੋਂ ਪਲੱਸ ਹੀ ਗਿਆ ਆਪਣਾ ਝਾੜ। ਝਾੜ ਇੰਨਾ ਜ਼ਿਆਦਾ ਯਕੀਨ ਜਾਂ ਤਾਂ ਨਹੀਂ, ਬਿਲਕੁਲ ਜਮਾ ਜੀ, ਜਿਹਨੂੰ ਜਿਹਨੇ ਆਪਣੀ ਮੱਕੀ ਦੇਖੀ ਤੀ ਉਹਨੂੰ ਤਾਂ ਪਤਾ ਹੀ ਹੈ। ਬਿਲਕੁਲ, ਦੂਜਿਆਂ ਨੂੰ ਚਲੋ ਆਪਾਂ ਕਿਵੇਂ ਗੱਲ ਦੀ ਮਰਜ਼ੀ ਹੈ, ਆਪਾਂ ਨੂੰ ਦੱਸਣਾ ਹੈਗਾ ਵੀ ਇਹਨੂੰ ਜਿਹੜਾ 91-08 ਮੇਰਾ ਵੀਰ ਭਰਾ ਕੋਈ ਲਾਉਂਦਾ ਉਹ ਇੱਕ ਵਾਰੀ ਲਾਵੇ, ਦੁਬਾਰੇ ਇਹਨੂੰ ਲਾਵੇ ਨਾ, ਰਿਪੀਟ ਨਾ ਕਰੇ ਨਾ, ਬਿਲਕੁਲ ਨਾ। 1 ਸਾਲ ਛੱਡ ਕੇ? ਹਾਂ, ਬਾਹਣ 1 ਸਾਲ ਵਿਹਲਾ ਛੱਡ ਲਓ, ਅਗਲੇ ਸਾਲ ਲਾ ਦਿਓ, ਫਿਰ ਇਹ ਬਹੁਤ ਵਧੀਆ ਬੀਜ ਆ, ਘੱਟ ਟਾਈਮ ਵਾਲਾ। ਠੀਕ ਹੈ, ਦੂਜੇ ਬੀਜਾਂ ਨਾਲੋਂ ਤਕਰੀਬਨ ਇਹ 10-15 ਦਿਨਾਂ ਦਾ ਫਰਕ ਪਾਉਂਦਾ, ਪਹਿਲਾਂ ਆਉਂਦਾ ਜੀ, ਜਿਵੇਂ ਮੀਹਾਂ ਚ ਚੱਲ ਜਾਂਦੀ ਆ, ਫਿਰ ਜਾ ਕੇ ਉਹ ਦਿੱਕਤ ਵੱਧ ਹੁੰਦਾ, ਉਹ ਦਿੱਕਤ ਨਹੀਂ ਹੁੰਦੀ, ਉਹ ਚੀਜ਼ ਦੀ ਇਹਨੂੰ ਦਿੱਕਤ ਹੈ ਹੀ ਨਹੀਂ। ਹਾਂਜੀ ਹਾਂਜੀ, ਤੇ ਸਾਇਲੇਜ ਦੀ ਕੁਆਲਿਟੀ ਕਿਵੇਂ ਹੁੰਦੀ ਹੈ? ਜਿਵੇਂ 44 ਬੈਸਟ ਮੰਨਿਆ ਜਾਂਦਾ, 44? ਹਾਂ, ਉਹ ਇਹ ਵੀ 44 ਨਾ ਵੀ ਵਧੀ ਮਾੜਾ ਨਹੀਂ ਕਹਿ ਸਕਦੇ ਹੁੰਦੇ ਆਪਾਂ, ਜਿਵੇਂ ਉਹਦਾ ਐਂਡ ਤੱਕ 4 ਪੀੜਾ ਰਹਿੰਦਾ। ਨਹੀਂ, ਇਹ ਆਪਾਂ ਨੇ 4 ਬਹੁਤ ਘੱਟ ਪੈਂਦੀ ਹੁੰਦੀ ਪਾਇਆ ਜੀ, ਇਹਨੂੰ ਕੋਈ ਦਿੱਕਤ ਨਹੀਂ ਹੁੰਦੀ। ਇਹਨੂੰ ਸਿਰਫ ਤੇ ਸਿਰਫ ਇੱਕ ਇਹੀ ਦਿੱਕਤ ਹੈ ਵੀ ਇਹ ਦੁਬਾਰੇ ਲੱਗਦਾ ਨਹੀਂ, ਬਸ ਇਹਦੇ ਵਿੱਚ ਪ੍ਰੋਬਲਮ ਇਹੀ ਹੈ, ਮੇਨ ਇਹੀ ਹੈ, ਇਹ ਇੱਕ ਵਾਰੀ ਹੁੰਦਾ, ਦੁਬਾਰੇ ਆਪਾਂ ਲਾਵਾਂਗੇ ਉੱਥੇ ਕਾਮਯਾਬ ਨਹੀਂ ਹੁੰਦਾ, ਉੱਥੇ ਹੁੰਦਾ ਨਹੀਂ। ਹਾਂਜੀ, ਅੱਛਾ, ਜਿੱਥੇ ਆਪਾਂ ਨੇ ਗਲਤੀ ਕੀਤੀ ਮੇਰੇ ਤੋਂ ਵੀ ਹੋਈ ਹੈ, ਜਿੱਥੇ ਪਿਛਲੀ ਵਾਰ ਇਹ ਆਪਣੇ ਲੱਗਿਆ ਹੋਇਆ ਸੀਗਾ, ਹਾਂ ਉੱਥੇ ਲੱਗ ਗਿਆ, ਰਿਪੀਟ ਕਰਤਾ, ਉਹ ਆਪਾਂ ਤੋਂ ਗਲਤੀ ਹੋ ਗਈ, ਆਪਾਂ ਕਹਿਣਾ ਹੋਰ ਕਿਸੇ ਕਿਸਾਨ ਭਰਾ ਨਾਲ ਹੋਵੇ ਨਾ। ਅੱਛਾ, ਉਹ ਫਿਰ ਹੁਣ ਹੋਈ ਨਹੀਂ, ਉਹ ਤਾਂ ਜੀ ਬਹੁਤ ਵੀ ਡਾਊਨ, ਬਹੁਤ ਜ਼ਿਆਦਾ ਡਾਊਨ ਹੈ, ਬਹੁਤ ਜ਼ਿਆਦਾ ਡਾਊਨ ਆ। ਉਹੀ ਆਪਣੇ ਕੋਲੇ ਜ਼ਮੀਨ ਆ, ਉਹੀ ਸਾਰੀ, ਬਾਕੀ ਹੋਰ 18-44 ਲਾਈ ਹੋਈ ਆਪਣੇ ਕੋਲੇ, ਤੇ ਉਹ ਹੋਰ ਕਿਸੇ ਬੀਜ ਕੋਈ ਦਿੱਕਤ ਨਹੀਂ, ਇਹਦੇ ਵਿੱਚ ਆਹੀ ਦਿੱਕਤ, ਉਹ ਹੋਰ ਤਾਂ ਰਿਪੀਟ ਹੋ ਜਾਂਦੇ ਨੇ 18-44 ਤਾਂ, ਜਿਹੜਾ ਮਰਜ਼ੀ ਲਾ ਦਿਓ ਜੀ, ਇਹ ਵੀ ਇੱਕ ਵਾਰੀ, ਇਹ ਇੱਕ ਵਾਰੀ ਉਹ ਹੁੰਦਾ। ਆਪਾਂ ਕਿਸਾਨ ਭਰਾਵਾਂ ਨੂੰ ਇਹ ਗੱਲ ਕਹਿਣੇ ਆ ਵੀ 91-08 ਜੇ ਤਾਂ ਨਵੇਂ ਵਾਹਣ ਚ ਲਾ ਦਿਓ, ਫਿਰ ਤਾਂ ਇਹ ਬਹੁਤ ਵਧੀਆ ਬੀਜ। ਉਹ ਕਦ ਕਿੱਥੇ ਕ ਤੱਕ ਵਗ ਜਾਂਦਾ? ਪਹਿਲਾਂ ਵੀ ਲਾਇਆ ਹੋਊ ਆਪਾਂ ਤਾਂ, ਇਹ ਜੀ ਬਸ ਐ ਮੰਨੋ ਵੀ ਇਦੂ ਵੱਧ ਵਧਦਾ ਨਹੀਂ ਹੈਗਾ ਜੀ, ਬਹੁਤ ਇਹ ਹਾਈਟ ਇਦੂ ਵਧਾਉਣਾ ਹੈਗਾ, 7 ਫੁੱਟ ਤੋਂ ਵੱਧ ਨਹੀਂ? ਨਹੀਂ ਜੀ, ਇਹ ਇਦੂ ਵੱਧ ਨਹੀਂ ਵੱਧਦੀ। ਵੇਟ ਦੇ ਜਾਂਦਾ? ਵੇਟ ਤਾਂ ਜੀ ਇਹਦੀ ਛੱਲੀ ਚ ਇੱਕ ਤਾਂ ਵਜਨ ਵੱਧ ਹੁੰਦਾ ਜੀ, ਤੇ ਇਹ ਚ ਤਕਰੀਬਨ ਦੇਖੀ ਇਹਦੇ ਜਿਵੇਂ ਗੰਨੇ ਵਾਂਗੂ ਟਾਂਡੇ ਦੀ ਮਟਾਈ, ਹਾਂ ਮਟਾਈ ਹੈ, ਤੇ ਇੱਕ ਇਹਦੇ ਵਿੱਚ ਠੋਸ ਵਜਨ ਹੈ ਜੀ, ਜਿਵੇਂ ਆਪਾਂ ਗੰਨੇ ਚ ਹੁੰਦਾ, ਮੋਇਸਚਰ ਘੱਟ ਹੈ। ਹਾਂਜੀ, ਜਿਵੇਂ ਕੰਪਨੀ ਜ਼ੋਰ ਦਿੰਦੀਆਂ ਨੇ ਵੀ ਡਰਾਈ ਮੈਟਰ ਸੁੱਕਾ ਮਾਦਾ, ਹਾਂ ਉਹ ਚੀਜ਼, ਜਿਵੇਂ ਕਿ ਆਪਾਂ 4-30 ਕਿਸੇ ਕਿਸਾਨ ਭਰਾ ਦਾ ਹੋਰ ਲਾਇਆ ਸੀਗਾ, ਉਹ ਸੀਗਾ ਜੀ ਸਨੈਟਾ ਕੰਪਨੀ ਦਾ, 77-50, ਹਾਂ ਉਹ ਅਸੀਂ ਟਰਾਲੀ ਲੈ ਗਏ ਜੀ, ਉਹਨਾਂ ਨੇ ਸਾਨੂੰ ਵਾਪਸ ਕਰਤਾ ਫੈਕਟਰੀ ਵਾਲੇ। ਹਾਂਜੀ, ਉਹ ਕਹਿੰਦੇ ਵੀ ਅਸੀਂ ਕਿਸੇ ਵੀ ਕੀਮਤ ਤੇ 4 ਲੈਣਾ ਨਹੀਂ। ਕਾਰਨ ਉਹਦੇ ਵਿੱਚ ਕੀ ਮੌਕਚਰੀ ਇਹਨਾਂ ਦੀਆਂ, ਹਰੀ ਵੱਢ ਲਈ,
ਹਰੀ ਵੀ ਵੱਢੀ ਜੀ ਤੇ ਇੱਕ ਵੀ ਭਰਾ ਨੇ ਹੋਰ ਤੀਆ ਉਹਨੇ ਚੜਾ ਕੇ ਵੱਢ ਲਈ ਉਹ ਚ ਵੀ ਉਹ ਇੰਨੀ ਕੁਆਲਿਟੀ ਨਹੀਂ ਹੈਗੀ ਚਾਰ ਦੀ ਜਿੰਨੀ ਜਿੰਨੀ 1844 ਤੇ ਇਹਨਾਂ ਦੀ ਆ ਇਹ ਮੁਕਾਬਲਾ ਕਰਦਾ 1844 ਦਾ ਹਾਂਜੀ ਬਿਲਕੁਲ ਕਰਦਾ ਜੀ ਇੱਕੋ ਇੱਕ ਬੀਜ ਹੈ ਹਾਂਜੀ ਵੈਸੇ ਤਾਂ ਬੀਜ ਤਾਂ ਬਹੁਤ ਸਾਰੇ ਨੇ ਹਰਾ ਤਾਂ ਹਰੇਕ ਹੀ ਹੋ ਜਾਂਦਾ ਹਾਂਜੀ ਤੇ ਕੱਦ ਵੀ ਕਰ ਜਾਂਦੇ ਨੇ ਹਾਂਜੀ ਪ੍ਰੋਬਲਮ ਜਾ ਕੇ ਪੈਂਦੀ ਹੈ ਛੱਲੀ ਤੇ ਛੱਲੀ ਤੇ ਪੈਂਦੀ ਆ ਜੀ ਜਾਂ ਟਾਂਡੇ ਦੀ ਮੋਟਾਈ ਜਾਂ ਵਿੱਚ ਠੋਸ ਵਜਨ ਉਹੀ ਗੱਲ ਹੈ ਨਾ ਬਾਅਦ ਚ ਚਾਰ ਗੱਲ ਦਾ ਤਾਂ ਹੈਗਾ ਹਾਂਜੀ ਜ਼ਿਆਦਾ ਮੋਇਸਚਰ ਵਾਲਾ ਬਿਲਕੁਲ ਬਿਲਕੁਲ ਜੇ ਮੋਇਸਚਰ ਘੱਟ ਹੋਊਗਾ ਸੁੱਕਾ ਮਾਦਾ ਜ਼ਿਆਦਾ ਹੋਊਗਾ ਹਾਂਜੀ ਜਿੰਨਾ ਇਹ ਆਪਾਂ ਸਹੀ ਟਾਈਮ ਤੇ ਪਾਵਾਂਗੇ ਜੀ ਓਨਾ ਇਹ ਵਧੀਆ ਰਹਿੰਦਾ ਜਿੰਨਾ ਆਪਾਂ ਇਹਨੂੰ ਬੰਦੇ ਕਈ ਕਰਦੇ ਨੇ ਮੇਰੇ ਵੀਰ ਭਰਾ ਕਾਲੀ ਕਹਾਲ ਕਰਦੇ ਨੇ ਮੀਂਹ ਦੇ ਕਾਰਨ ਹਾਂ ਮੀਂਹ ਦੇ ਕਾਰਨ ਉਹ ਫਿਰ ਚਾਰ ਉਹ ਖਰਾਬ ਹੀ ਹੁੰਦੇ ਜਿਵੇਂ ਛੱਲੀ ਨੂੰ ਬਚਾ ਲਓ ਨਾਲੇ ਉਹਦੇ ਚ ਕੋਈ ਆਪਾਂ ਕਹਿ ਦਈਏ ਕੋਈ ਉਹਦਾ ਜਿਵੇਂ ਆਪਾਂ ਹਰਾ ਪਾ ਦਿੰਦੇ ਆ ਬਸ ਉਹ ਹਰੇ ਦੀ ਤਾਂ ਇੱਥੇ ਜਾਂਦਾ ਅੱਛਾ ਕੋਈ ਜਿਵੇਂ ਜਿਵੇਂ ਚਾਰ ਵਾਲੀਆਂ ਕੁਆਲਿਟੀਆਂ ਨਹੀਂ ਦਿੰਦਾ ਵੱਧ ਫੈਂਟ ਦੇਊ ਨਹੀਂ ਨਹੀਂ ਫੈਂਟ ਵਧਾਊਗਾ ਦੁੱਧ ਵਧਾਊਗਾ ਹਾਂਜੀ ਇਹ ਜਿੰਨਾ ਆਪਾਂ ਸਹੀ ਟਾਈਮ ਤੇ ਪਾਵਾਂਗੇ ਫੇਰ ਹੀ ਦਾਣਾ ਉਹ ਖਰਾਬ ਵੀ ਨਹੀਂ ਹੁੰਦਾ ਜੀ ਉਹ ਖਰਾਬ ਵੀ ਨਹੀਂ ਹੁੰਦਾ ਬਿਲਕੁਲ ਜਿਹੜਾ ਆਪਾਂ ਕੱਚਾ ਪਾਵਾਂਗੇ ਉਹ ਖਰਾਬ ਵੀ ਜ਼ਿਆਦਾ ਹੋਊਗਾ ਤੇ ਉਹਦੇ ਵਿੱਚ ਮੋਇਸਚਰ ਵੀ ਜ਼ਿਆਦਾ ਰਹੂਗਾ ਮੋਇਸਚਰ ਗਿੱਲ ਜ਼ਿਆਦਾ ਫਿਰ ਹਾਂ ਕਈ ਮੇਰੇ ਕਿਸਾਨ ਭਰਾ ਵੇਚਣਾ ਚਾਹੁੰਦੇ ਹੁੰਦੇ ਨੇ ਫਿਰ ਦੇਖਣ ਵੇਲੇ ਵੀ ਉਹਨੂੰ ਬਹੁਤ ਦਿੱਕਤ ਆਉਂਦੀ ਹੈ ਹਾਂ ਉਹ ਜ਼ਿਆਦਾ ਮੋਇਸਚਰ ਵਾਲਾ ਫਿਰ ਵਿਕਦਾ ਨਹੀਂ ਤੇ ਜੇ ਉਹਨੂੰ ਟੋਏ 'ਚ ਪਾ ਕੇ ਲੰਬੇ ਸਮੇਂ ਬਾਅਦ ਵੇਚਣਾ ਚਾਹੋ ਫਿਰ ਉਹਨੂੰ ਫੰਗਸ ਪੈਂਦੀ ਆ ਹਾਂਜੀ ਉਹ ਤਾਂ ਬਿਲਕੁਲ ਜੀ ਜਦੋਂ ਜਿਹੜੇ ਆਪਣਾ ਸਹੀ ਟਾਈਮ ਉਹ ਸਹੀ ਟਾਈਮ ਤੇ ਪਊਗਾ ਤਾਂ ਸਹੀ ਰਹੂਗਾ ਨਹੀਂ ਤਾਂ ਫਿਰ ਖਰਾਬ ਹੋ ਜਾਂਦਾ ਤੇ ਇਹਦੇ ਵਿੱਚ ਕੱਖ ਵੀ ਨਹੀਂ ਹੈ ਕਿਤੇ ਹਾਂਜੀ ਕੱਖ ਤਾਂ ਜੀ ਤੁਹਾਨੂੰ ਪਹਿਲਾਂ ਵੀ ਵੀਡੀਓ ਤੇ ਆਪਾਂ ਨੇ ਦੱਸਿਆ ਸੀਗਾ ਦੂਜੇ ਭਰਾ ਨੇ ਜੀ ਹਾਂਜੀ ਉਹ ਆਪਾਂ ਇਸ ਸਾਲ ਬੈਰ ਕੰਪਨੀ ਦੀ ਦਵਾਈ ਕਰਦੇ ਹਾਂ ਲੋਰਡਸ ਲੋਰਡਸ ਦਵਾਈ ਕਰਦੇ ਹਾਂ ਨਾਲ ਉਹਦੇ ਫੂਡਸ ਪਾਉਣੇ ਆਪਾਂ ਐਲਟ੍ਰਾਜੀਨ ਹਾਂ ਐਲਟ੍ਰਾਜੀਨ ਉਹ ਵੀ ਬੈਰ ਕੰਪਨੀ ਦੀ ਤੇ ਆਪਾਂ ਨੂੰ ਹੋ ਗਏ ਜੀ ਤੀਸਰਾ ਸਾਲ ਹੈਗਾ ਠੀਕ ਹੈ ਆਪਣੇ ਜ਼ਮੀਨ ਦੇ ਵਿੱਚ ਕੱਖ ਨਹੀਂ ਤੈਨੂੰ ਲੱਭੂਗਾ ਕਿੰਨੇ ਵਾਰੀ ਕਰੀ ਤੀ ਸਪਰੇ ਇੱਕ ਵਾਰ ਕਰੀ ਸੀ ਕਿੰਨੇ ਕੁ ਦਿਨਾਂ ਤੇ ਕਰਦੇ ਹੋ ਉਹ ਵੀ ਤਿਆਰ ਉਹ ਵੀ ਆਪਾਂ ਜੀ ਘੱਟੋ ਘੱਟ 17-18-20 ਦਿਨ ਤਾਂ ਆਪਾਂ ਹੋਣ ਦਿੰਦੇ ਨੀ ਜੀ ਕਰਦੀ ਹੈ 20 ਦਿਨਾਂ ਤੋਂ ਪਹਿਲਾਂ 20 ਦਿਨਾਂ ਤੋਂ ਪਹਿਲਾਂ ਪਹਿਲਾਂ ਜੇ 25 ਦੀ ਹੋ ਗਈ ਫਿਰ ਕੱਖ ਮਰਦੀ ਨਹੀਂ ਸੀ ਫਿਰ ਕੱਖ ਰਹਿ ਜਾਂਦੇ ਨੇ ਵਿੱਚ ਫਿਰ ਐਂਡ ਦਾ ਵਾਧੂ ਬੱਚੇ ਰਹਿੰਦੇ ਵੀ ਨੇ ਜੀ ਵਿੱਚ ਆਪਾਂ ਤੋਂ ਮੱਕੀ ਵੱਡੀ ਹੋ ਜਾਂਦੀ ਆ ਉਹਨਾਂ ਫਿਰ ਥੱਲੇ ਦਵਾਈ ਨਹੀਂ ਵੱਜਦੀ ਜਾਂਦੀ ਨਹੀਂ ਜੇ ਜਾ ਕੱਲੇ ਕੱਲੇ ਖੁੱਡ ਤੇ ਕਰਦਾ ਫਿਰ ਵੀ ਕੱਖ ਰਹਿੰਦੇ ਨੇ ਜੀ ਰਹਿੰਦੇ ਨੇ ਫਿਰ ਤਾਂ ਮਰਦੇ ਨਹੀਂ ਮਰਦੇ ਜੇ ਮਤਲਬ ਕੱਖਾਂ ਵਾਲੀ ਸਪਰੇ ਸਹੀ ਟਾਈਮ ਤੇ ਹੋ ਗਈ ਫਿਰ ਉਹਦਾ ਜੇ 16-20 ਦਿਨਾਂ ਦੇ ਵਿੱਚ ਕਰਾਂਗੇ ਜੀ ਆਪਾਂ ਉਹ ਆਪਾਂ ਨੂੰ ਦਿੱਕਤ ਆਉਂਦੀ ਫਿਰ ਤਾਂ 100% ਰਿਜ਼ਲਟ 100% ਰਿਜ਼ਲਟ ਆ ਜੀ ਤੇ ਕੈਮਰੇ ਨਾਲ ਨਿਗਾਹ ਮਾਰ ਕੇ ਦੇਖ ਲਓ ਤੁਹਾਨੂੰ ਕੱਖ ਨਹੀਂ ਮਿਲਦਾ ਜਿੱਥੇ ਮਰਜ਼ੀ ਆਪਾਂ ਨਿਗਾਹ ਮਾਰੋ ਜੋ ਮਰਜ਼ੀ ਕੱਖ ਆ ਚਾਹੇ ਦੀ ਉਹ ਢੀਲਾ ਹੈ ਚਾਹੇ ਦੀ ਉਹ ਸੌਫ ਹੈ ਚਾਹੇ ਦੀ ਉਹ ਸੱਟੀ ਹੈ ਬਿਲਕੁਲ ਕਲੀਨ ਪਈ ਆ ਦੇਖੀ ਬਿਲਕੁਲ ਹਾਂਜੀ ਝਾੜ ਜੀ ਉਹਦਾ ਬਹੁਤ ਵਧੀਆ ਰਿਜ਼ਲਟ ਹੈ 3 ਸਾਲਾਂ ਬਾਅਦ ਜੀ ਇੱਕ ਸੰਜੈਟ ਆਈ ਆਉਂਦੀ ਹੈ ਜੀ ਉਹ ਵੀ ਆਈ ਸੀ ਆਪਣੇ ਜਿਵੇਂ ਤਜਰਬੇ ਤੌਰ ਤੇ ਆਪਣੇ ਸਿਰਫ ਕਲੈਰਸ ਐਕਸਟਰਾ ਹਾਂਜੀ ਉਹ ਵੀ ਉਹਦਾ ਰਿਜ਼ਲਟ ਵੀ ਬਹੁਤ ਵਧੀਆ ਉਹਦਾ ਵੀ ਵਧੀਆ ਜੀ ਉਹ ਥੋੜੀ ਜਿਹੀ ਦਿੱਕਤ ਇਹ ਦੇ ਦਿੰਦੀ ਹੈ ਉਹ ਜੇ ਆਪਾਂ ਕਿਤੇ ਖੜਕੇ ਮਾਰ ਦਈਏ ਸੰਜੈਟਾ ਕੰਪਨੀ ਦਵਾਈ ਜਿਵੇਂ ਵੀ ਤੁਰੇ ਜਾਂਦੇ ਖੜ ਜਾਈਏ ਜੇ ਕਿਤੇ ਖੜ ਜਾਈਏ ਉਹ ਨਾ ਪੱਤੇ ਪੀਲੇ ਪਾਉਂਦੇ ਆ ਉਹ ਇੱਥੇ ਵੱਧ ਪੈ ਜੇ ਇੱਥੇ ਵੱਧ ਪੈ ਜੇ ਮੱਕੀ ਤੇ ਉਹ ਹੁੰਦਾ ਕੁਛ ਨੀ ਮੱਕੀ ਨੂੰ ਜੀ ਹੋਸ਼ ਠੀਕ ਜਾਂਦੀ ਹੈ ਉਹ ਜਿੰਕਰ ਕਰਾਂ ਬੁਰੀ ਜੀ ਲੱਗਦੀ ਹੈ ਤੇ ਜਿਹੜੀ ਇਹ ਲੋਰਸ ਆ ਇਹ ਇਹਨੂੰ ਕੋਈ ਦਿੱਕਤ ਨਹੀਂ ਇਹਦੇ ਵਿੱਚ ਦੋਨਾਂ ਚ ਇਹ ਫਰਕ ਹੈ ਤੁਸੀਂ ਦੇਖਿਆ ਜੀ ਸਾਨੂੰ ਇਹ ਲੱਗਿਆ ਉਹ ਸੈਂਟ ਵਾਲੀ ਛਿੜਕ ਕੇ ਵੀ ਆਪਣੀ ਮੱਕੀ ਤਾਂ ਇਹ ਨਹੀਂ ਤੁਸੀਂ ਕਈ ਗੱਲਾਂ ਚ ਕਹਿ ਗਏ ਸੈਂਟਾਂ ਨੂੰ ਥੱਲੇ ਬਾਹਰ ਨੂੰ ਉੱਪਰ ਕਿਤੇ ਇਹ ਤਾਂ ਨਹੀਂ ਬਾਹਰ ਨਹੀਂ 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 ਬਿਲਕੁਲ ਨਹੀਂ ਜੀ ਉਹ ਜਿਦਾਂ ਜਿਵੇਂ ਕਹਿੰਦੇ ਨੁਕਤੇ ਕਰਦੇ ਹੋ ਜੀ ਕਰੀ ਇਹਨੇ ਨਹੀਂ ਉਹ ਆਪਾਂ ਨੇ ਨਾ ਪਿਛਲੀ ਵਾਰ ਤਾਂ ਆਪਾਂ 2 ਸਾਲ ਛਿੜਕੇ ਜੀ ਬਾਹਰ ਦੀ ਐਤੀ ਆਪਣੇ ਅੱਧੇ ਵਾਹਣ ਤੇ ਕੁਛ ਵਾਹਣ ਤੇ 4.5 ਕਿੱਲਿਆਂ ਦੀ ਛਿੜਕੀ ਦਿਓ ਸਾਢੇ 4 ਕਿੱਲਿਆਂ ਚ ਉਹ ਕੱਖ ਹੋਣੀ ਵੀ ਨੀ ਛੱਡੇ ਜੀ ਬਿਲਕੁਲ ਵੀ ਠੀਕ ਹੈ ਥੋੜੀ ਜਿਹੀ ਆਹ ਦਿੱਕਤ ਆ ਗਈ ਸੀ ਮਤਲਬ ਤਜਰਬਾ ਆਪਣਾ ਇਹ ਯਾਰ ਉਹ ਕੀਤਾ ਸੀ ਆਪਾਂ ਨੇ ਜੀ ਜ਼ਰੂਰੀ ਹੈ ਵੀ ਜਿਵੇਂ ਹੁਣ ਆਪਣੇ ਕੋਲੇ 14 ਏਕੜ ਜ਼ਮੀਨ ਆ ਆਪਾਂ ਨੇ ਉਹਦੇ ਵਿੱਚ 4.5 ਕਿੱਲੇ ਆਪਾਂ ਸੰਜੈਟਾਂ ਦੇ ਕਰੇ ਦੀ ਉਹਦੇ ਵਿੱਚ ਆਪਾਂ ਨੂੰ ਆਹ ਦਿੱਕਤ ਆ ਗਈ ਸੀ ਵੀ ਦੇਖੀਏ ਨਵਾਂ ਕਰਕੇ ਵੀ ਨਵਾਂ ਦੇਖੀਏ ਚਲੋ ਆਪਾਂ ਹੋਰਾਂ ਨੂੰ ਭਰਾਵਾਂ ਨੂੰ ਦੱਸਣਾ ਦੇਖਣਾ ਵੀ ਆਹ ਵੀ ਆਹੀ ਦਿੱਕਤ ਆ ਵੀ ਹੋਰ ਜੇ ਤੁਰੇ ਜਾਂਦੇ ਸਹੀ ਤਰੀਕੇ ਨਾਲ ਕਰ ਦੋ ਫੇਰ ਕੋਈ ਚੱਕਰ ਨਹੀਂ ਜੀ ਰਿਜ਼ਲਟ ਉਹਦਾ ਬਹੁਤ ਵਧੀਆ ਜੀ ਸੰਜੈਟਾਂ ਦਾ ਹਾਂ ਕੱਖੋ ਨਹੀਂ ਆਪਾਂ ਨੂੰ ਲੱਭੇ ਸਾਰੇ ਵਾਹਣ ਚ ਕਦੋਂ ਨਾ ਸੰਜੈਟਾਂ ਦੇ ਨਾ ਜੀ ਸੋ ਬਹੁਤ ਬਹੁਤ ਧੰਨਵਾਦ ਜੀ ਜਾਣਕਾਰੀ ਦੇਣ ਲਈ ਥੈਂਕ ਯੂ ਓਕੇ